ਜੀ ਸਰ, ਅਕਲੀਤ ਕੀ ਵਾਲਾ ਵਧੀਆ ਸਰ। ਪਤਾ ਤਾਂ ਨਹੀਂ ਕੋਈ? ਮੈਂ ਪਰਚਾ ਨਾ ਕਿੱਦਾਂ ਦੇ ਦੇਣਾ? ਮੈਂ ਵੈਰੀਫਾਈ ਸਵੇਰੇ ਕਰੂੰਗਾ, ਭੇਜ ਦਊਂਗਾ। ਤੂੰ ਨਾਮ ਲਿਖ ਦੇ ਦੇ, ਨਹੀਂ ਦੇਣਾ ਤੇ ਦੀਪਸ਼ਾ ਨਾਲ ਗੱਲ ਕਰ ਲਾ। ਉਹ ਸਰ ਹੈ ਜੀਆਂ ਗੱਲਾਂ ਨਾ ਮੇਰੇ ਨਾਲ ਕਰੋ। ਮੈਂ ਇਹ ਏਦਾਂ ਮੈਂ ਪਰਚਾ ਕਿੱਦਾਂ ਦੇ ਦੂੰਗਾ? ਮੈਂ ਆਪ ਫਸਣਾ ਵਾ। ਤੂੰ ਨਹੀਂ ਦੇਣਾ ਨਾ ਦੇ, ਦੀਪਸ਼ਾ ਨਾਲ ਗੱਲ ਕਰ ਲਾ। ਡਿਪਟੀ ਸਾਹਿਬ ਨਾਲ ਗੱਲ ਕਰਾਂ? ਮੈਂ ਗੱਲ ਕਰਾਂ ਤੂੰ ਦੱਸ ਦੋ ਡਿਪਟੀ ਸਾਹਿਬ ਮੇਰੇ ਤੂੰ ਨੂੰ। ਕਰਨੀ ਕਿ ਨਹੀਂ ਕਰਨੀ? ਹਾਂ ਬਣਾਇਆ ਤੂੰ ਐਸਾ ਚਨੂ ਹੱਥ ਦੀ ਕਿਹੜੀ ਗੱਲ ਚ? ਤੂੰ ਇੱਥੋਂ ਗਿਆ ਨਾਮ ਲੂਮ ਤੇ ਦੇ, ਤੈਨੂੰ ਛਾਪ ਫੜੀ ਸਭ ਕੁਝ ਫੜਿਆ ਤੇ ਤੂੰ ਮੈਨੂੰ ਬਣਾਇਆ ਸਾਰਿਆਂ ਕਿਵੇਂ ਨੂੰ। ਮੁਖਿਆ? ਮੈਂ ਉਹ ਠੇਕੇਦਾਰ ਨੇ ਫੋਨ ਨਹੀਂ ਹੈਂ? ਚੁੱਕਿਆ ਕੁੜੀ ਨੇ? ਠੇਕੇਦਾਰ ਨੇ ਫੋਨ ਚੁੱਕਿਆ ਤੇਰਾ? ਠੇਕੇਦਾਰ ਫੋਨ ਚੁੱਕਿਆ ਮੇਰਾ, ਦੱਸਿਆ ਮੈਨੂੰ। ਤੂੰ ਪਰਚਾ ਦੇਣਾ ਨਹੀਂ ਦੇਣਾ ਮੈਂ ਸਾਹਿਬ ਦੇ ਨੋਟਿਸ ਲੈਣਾ, ਤੁਹਾਡੀ ਨਕਾਰੀ ਤੂੰ ਲਿਖਣ ਲੱਗਾ ਜੇ ਤੂੰ ਤੂੰ ਐਸ ਡੀਜੀਪੀ ਦੇ ਨੋਟਿਸ ਲਿਆ ਦੇ ਭਾਵੇਂ। ਮੈਂ ਲਿਆ ਦੂੰਗਾ, ਸੁਣਿਆ? ਹਾਂ ਲਿਆ ਦੇ। ਸਵੇਰੇ ਬਿਲਕੁਲ ਆਪਣੇ ਲਿਆ। ਮਿਸਰਾ ਲਿਆ ਚੁੱਕ ਕੇ ਇੱਥੇ, ਫੇਰ ਤੇਰਾ ਗੱਲ ਕਰਦਾ। ਤੇਰੇ ਕਾ ਵੀ ਐਸ ਐਚ ਓ ਵੇਖੇ ਮੈਂ ਨਾ ਅੱਛਾ, ਦੇ ਰੇ ਅੱਧੀ ਆਣਾ ਤੇਰੇ ਮੈਂ ਖਿਲਾ ਪਰਚਾ ਦਰਜ ਕਰਾ ਦੇ ਸਵੇਰੇ। ਮੈਂ ਤੈਨੂੰ ਮੈਂ ਦੱਸਾਂ ਮੈਂ ਤੂੰ ਜੁੱਤੀਆਂ ਨਾ ਗਾਲੇ ਕਰੇ ਨਾ ਮੈਂ ਮੇਰਾ ਐਸ ਐਚ ਓ ਦੀ ਤੇਰੀ ਤੇ ਦੀ ਐਸ ਐਚ ਓ ਦੀ ਤੇਰੀ ਦੀ ਕੁੜਦੀ ਤੇਰੀ ਦੀ ਵੱਡੇ ਦੀ ਤੂੰ ਸਾਰਿਆਂ ਮੇਰੇ ਜਾਣਦੇ ਆ ਤੇਰੀ ਇੱਕ ਆਡੀਓ ਜਿਹੜੀ ਹੈਗੀ ਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹ ਮੈਂ ਸੁਣੀ ਸੀ। ਉਹਦੇ ਸੰਬੰਧ ਦੇ ਵਿੱਚ ਏਐਸਆਈ ਕੁਲਦੀਪ ਸਿੰਘ ਜੋ ਕਿ ਚੌਂਕੀ ਇੰਚਾਰਜ ਚਮਿਆਰੀ ਲੱਗਿਆ ਹੋਇਆ ਸੀਗਾ ਉਹ ਐਸਐਚਓ ਬਲਵੀਰ ਸਿੰਘ ਦੇ ਨਾਲ ਕਿਸੇ ਗੱਲ ਦੇ ਉੱਤੇ ਬਹਿਸ ਕਰ ਰਿਹਾ ਸੀਗਾ ਪਰ ਇੱਕ ਡਿਸਿਪਲਿਨ ਫੋਰਸ ਦਾ ਮੈਂਬਰ ਹੁੰਦੇ ਹੋਏ ਆਪਣੇ ਸੀਨੀਅਰ ਦੇ ਨਾਲ ਇਸ ਤਰ੍ਹਾਂ ਬਹਿਸ ਕਰਨੀ ਠੀਕ ਨਹੀਂ ਸੀ। ਉਹ 'ਤੇ ਤੁਰੰਤ ਐਕਸ਼ਨ ਲੈਂਦੇ ਹੋਏ ਏਐਸਆਈ ਕੁਲਦੀਪ ਸਿੰਘ ਨੂੰ ਜਿਹੜਾ ਹੈਗਾ ਆ ਸਸਪੈਂਡ ਕਰਤਾ ਗਿਆ ਆ ਅਤੇ ਐਸਐਚਓ ਬਲਵੀਰ ਸਿੰਘ ਜਿਹੜਾ ਆ ਉਹਦੀ ਵੀ ਟ੍ਰਾਂਸਫਰ ਕਰਤੀ ਗਈ ਸੀ। ਸਰ ਇੱਕ ਪਾਸੇ ਡੀਜੀਪੀ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਵੀ ਪੰਜਾਬ ਨੂੰ ਵਿੱਚ ਪੰਜਾਬ ਪੁਲਿਸ ਵੱਲੋਂ ਜਿਹੜੀਆਂ ਸੇਵਾਵਾਂ ਸਹੀ ਤਰੀਕੇ ਨਾਲ ਬਣਾਈਆਂ ਜਾਣ ਪਰ ਕਿਤੇ ਨਾ ਕਿਤੇ ਫੋਨ ਦੇ ਵਿੱਚ ਆਪਸ ਵਿੱਚ ਕਾਫੀ ਜਿਹੜਾ ਵਾ ਵਿਰੋਧ ਕੀਤਾ ਗੁੱਸਾ ਕੀਤਾ ਜਾ ਰਿਹਾ ਅਤੇ ਨਾਲ ਨਾਲ ਕਿਤੇ ਨਾ ਕਿਤੇ ਕੋਈ ਲੈਣ ਦੇਣ ਦੀ ਵੀ ਗੱਲ ਕੀਤੀ ਜਾ ਰਹੀ। ਨਹੀਂ ਉਹਦੇ 'ਚ ਪਤਾ ਕਰਾ ਲੈਂਦੇ ਹਾਂ ਕਿ ਕੀ ਇਹਨਾਂ ਦੀ ਤਲਖੀ ਕੀ ਸੀ ਆਪਸ ਦੇ ਵਿੱਚ ਕਿਸ ਗੱਲ ਪਿੱਛੇ ਉਹ ਇੰਨਾ ਆਪਸ ਦੇ ਵਿੱਚ ਗਰਮ ਹੋਏ ਆ ਉਹ ਵੈਰੀਫਾਈ ਕਰ ਲੈਂਦੇ ਹਾਂ। ਹੁਣ ਕੀ ਕਾਰਵਾਈ ਕੀਤੀ ਗਈ ਹੈ? ਦੋਨਾਂ ਦੀ ਟ੍ਰਾਂਸਫਰ ਹੋ ਗਈ ਹੈ ਜੀ, ਉਹਨੂੰ ਸਸਪੈਂਡ ਕਰਤਾ ਏ ਐੱਸ ਆਈ ਕੁਲਦੀਪ ਸਿੰਘ ਨੂੰ ਅਤੇ ਜਿਹੜੇ ਐੱਸ ਐੱਚ ਓ ਉਹ ਟ੍ਰਾਂਸਫਰ ਕਰਤੇ ਆ ਜੀ। ਸਰ ਜਿਸ ਤਰੀਕੇ ਨਾਲ ਐੱਸ ਐੱਚ ਓ ਸਾਹਿਬ ਦੀ ਗੱਲ ਕਰ ਰਹੇ ਨੇ ਹੁਣ ਜਿਹੜੇ ਵੀਡੀਓ ਜਿਹੜੀ ਆਡੀਓ ਵਾਇਰਲ ਹੋਣ ਤੋਂ ਬਾਅਦ ਕੀ ਕਰਨੀ? ਉਹਦੇ 'ਚ ਤਾਂ ਕੋਈ ਹਜੇ ਕਾਰਵਾਈ ਨਹੀਂ ਕੀਤੀ।